ਸਤਿ ਸ਼੍ਰੀ ਅਕਾਲ ਜੀ। ਅੱਜ ਬੱਚੇ 15 ਦਿਨ ਦੇ ਹੋ ਗਏ, ਸਟਾਰਟਰ ਫੀਡ ਚੱਲ ਰਹੀ ਹੈ ਜੀ। ਅਤੇ ਅੱਜ ਪਾਣੀ ਵਿੱਚ ਨੈਫਰੋਕਲੀਨ ਦਵਾਈ ਪਾਈ ਹੈ, ਜਿਹੜੀ ਕਿ ਕਿਡਨੀਆਂ ਵਾਸਤੇ ਹੁੰਦੀ ਆ। ਇਹ ਦਵਾਈ ਇਸ ਕਰਕੇ ਪਾਈ ਹੈ ਕਿਉਂਕਿ ਬੱਚੇ 24 ਘੰਟੇ ਫੀਡ ਖਾ ਰਹੇ ਨੇ ਅਤੇ ਕੋਈ ਇਹਨਾਂ ਦੀ ਕਿਡਨੀਆਂ 'ਤੇ ਕੋਈ ਇਫੈਕਟ ਨਾ ਹੋਵੇ, ਇਸ ਕਰਕੇ ਨੈਫਰੋਕਲੀਨ ਦਵਾਈ ਪਾਈ ਹੈ।